ਬਹੁਤ ਅੱਛਾ ਸੈਮੀਨਾਰ ਔਰਗਨਾਈਜ਼ ਕੀਤਾ ਜਿਹੜਾ ਵੁਮੈਨ ਹੈਲਥ ਔਰ ਗਰਲਜ਼ ਹੈਲਥ ਦੇ ਉੱਪਰ ਇਹ ਸੈਮੀਨਾਰ ਹੈ ਐਂਡ ਇਟ ਇਜ਼ ਸਪੋਂਸਰਡ ਬਾਈ TNI ਜਿਹੜੀ ਕਿ ਨੈਸ਼ਨਲ ਲੈਵਲ ਦੀ ਇੱਕ ਔਰਗਨਾਈਜੇਸ਼ਨ ਹੈ ਨਰਸਿੰਗ ਦੀ, ਔਰ ਉਹਦੇ ਜਿਹੜੇ ਨੇ ਅੱਜ ਇੱਥੇ ਸੈਕਟਰੀ ਜਨਰਲ ਵੀ ਇੱਥੇ ਆਏ ਨੇ, ਮਿਸਿਜ਼ EP ਕੰਨਨ ਔਰ ਪੰਜਾਬ ਦੇ ਵੀ ਆਏ ਨੇ ਔਰ ਬਹੁਤ ਸਾਰੇ ਮੇਨ ਸਪੀਕਰ ਆਏ ਨੇ। ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਸੈਮੀਨਾਰਸ ਦਾ ਬੱਚਿਆਂ ਨੂੰ ਔਰ ਈਵਨ ਸਟਾਫ ਜਿਹੜਾ ਉਹਨਾਂ ਨੂੰ ਬਹੁਤ ਫਾਇਦਾ ਮਿਲਦਾ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਕੋਰਸ ਹੁੰਦੇ ਰਹਿਣ ਅਤੇ ਜਿਹੜੀਆਂ ਨਵੀਆਂ ਡਿਸਕਵਰੀਜ਼ ਨੇ, ਨਵੀਆਂ ਅਪਡੇਟਸ ਨੇ, ਉਹਦੇ ਬਾਰੇ ਸਟੂਡੈਂਟਸ ਨੂੰ। ਡਾਕਟਰ ਕਮਲਜੀਤ ਕੌਰ, ਪ੍ਰੋਫੈਸਰ ਕਮ ਪ੍ਰਿੰਸੀਪਲ, ਖਾਲਸਾ ਕਾਲਜ ਆਫ ਨਰਸਿੰਗ ਅੰਮ੍ਰਿਤਸਰ ਵਿੱਚ। ਅਸੀਂ ਇੱਥੇ ਇੱਕ ਸੈਮੀਨਾਰ ਬੜੇ ਇੰਪੋਰਟੈਂਟ ਸਬਜੈਕਟ 'ਤੇ ਅੱਜ ਸ਼ੁਰੂ ਕਰ ਆਯੋਜਿਤ ਕੀਤਾ ਹੈ, ਜਿਹੜਾ ਵਿਦ ਇਨ ਦੀ ਕਲੈਬੋਰੇਸ਼ਨ ਆਫ TNI ਟ੍ਰੇਨ ਨਰਸਿਸ ਐਸੋਸੀਏਸ਼ਨ ਆਫ ਇੰਡੀਆ। ਇਹ ਲਾਰਜੈਸਟ ਐਸੋਸੀਏਸ਼ਨ ਆਫ ਇੰਡੀਆ ਹੈ ਫਾਰ ਦਾ ਨਰਸਿਸ, ਔਰ ਇਹ ਸੈਮੀਨਾਰ ਦੀ ਇੰਪੋਰਟੈਂਸ ਇੰਨੀ ਹੈ ਕਿ 10% ਆਫ ਦਿਆ ਗਰਭਵਤੀ ਔਰਤਾਂ ਔਰ ਜਿਹੜੇ ਬੱਚਾ ਪੈਦਾ ਕਰਨ ਦੀ ਉਮਰ ਦੀਆਂ ਔਰਤਾਂ ਦੀਆਂ 15 ਤੋਂ 45 ਸਾਲ ਦੀ ਉਮਰ ਵਿੱਚ, ਉਹਨਾਂ ਬੀਬੀਆਂ ਦੇ ਵਿੱਚ ਇਹ ਅੰਡਾਕੋਸ਼ ਦੇ ਵਿੱਚ ਸਿਸਟ ਬਣ ਜਾਂਦੀ ਹੈ ਜਿਹੜੀ ਕਿ ਕੈਂਸਰ ਦਾ ਰੂਪ ਜਾਂ ਕੁਛ ਧਾਰਨ ਕਰਕੇ ਉਹਨਾਂ ਨੂੰ ਗਰਭ ਹੋਣ ਤੋਂ ਰੋਕਦੀ ਹੈ, ਔਰ ਇਹ ਅੱਜ ਦੇ ਸਮੇਂ ਦੇ ਵਿੱਚ ਬੜੀ ਵੱਡੀ ਚੁਣੌਤੀ ਹੋ ਗਈ ਆ ਉਹਨਾਂ ਇਸਤਰੀਆਂ ਲਈ ਜਿਹੜੀ ਇਸ ਉਮਰ 'ਚ ਹੁੰਦੀਆਂ, ਗਰਭਵਤੀ ਉਮਰ 'ਚ 15 ਤੋਂ 45 ਸਾਲ ਦੀ ਉਮਰ 'ਚ ਅਤੇ ਆਉਣ ਵਾਲੀ ਜਨਰੇਸ਼ਨ ਲੜਕੀਆਂ ਦੀ। ਇਹਦੇ ਲਈ ਕਈ ਫੈਕਟਰ ਜ਼ਿੰਮੇਵਾਰ ਨੇ, ਚਾਹੇ ਉਹ ਜੈਨੈਟਿਕ ਕਹਿ ਲਓ, ਫੈਮਿਲੀਅਲ ਕਹਿ ਲਓ, ਜਾਂ ਫਿਰ ਇਨਵਾਇਰਮੈਂਟਲ ਕਹਿ ਲਓ, ਸਾਡਾ ਲਾਈਫ ਸਟਾਈਲ, ਸਾਡੀ ਡਾਇਟਰੀ ਹੈਬਿਟਸ, ਸਾਡੀਆਂ ਡਾਇਟਰੀ ਚੋਇਸਿਸ, ਸਾਡੇ ਇਨਵਾਇਰਮੈਂਟ, ਹਾਰਮੋਨਲ ਪ੍ਰੋਬਲਮ ਜਿਹੜੀਆਂ ਫੀਮੇਲ ਦੇ ਵਿੱਚ ਹੁੰਦੀਆਂ, ਔਰ ਇਹੋ ਜਿਹੇ ਪੋਲਿਊਟੈਂਟ ਨੇ ਜਿਹੜੇ ਸਾਡੇ ਹੈਲਥ ਵਿੱਚ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ, ਉਹਨਾਂ ਨੇ ਇਸ ਪ੍ਰੋਬਲਮ ਨੂੰ, ਪੋਲੀਸਿਸਟਿਕ ਓਵਰੀ ਸਿੰਡਰਮ ਨੂੰ ਜਿਹੜਾ ਇਹ ਉਤੇਜਿਤ ਕਰਨ ਵਿੱਚ ਬੜਾ ਰੋਲ ਹੈ ਸਾਡੇ ਇਨਵਾਇਰਮੈਂਟ ਦਾ। ਅਤੇ ਇਸ ਸੈਮੀਨਾਰ ਨੂੰ ਕਰਨ ਨਾਲ ਮੈਂ ਇਹ ਚਾਹੁੰਦੀ ਹਾਂ ਕਿ ਪੂਰੇ ਸਮਾਜ ਵਿੱਚ ਇੱਕ ਜਾਗਰੂਕਤਾ ਹੋਵੇ, ਲੋਕ ਆਪਣੇ ਲਾਈਫ ਸਟਾਈਲ ਨੂੰ ਠੀਕ ਰੱਖਣ, ਆਪਣੀ ਡਾਇਟ, ਆਪਣੀ ਖੁਰਾਕ, ਆਪਣਾ ਆਲਾ ਦੁਆਲਾ, ਔਰ ਪੋਲਿਊਟੈਂਟ ਫਰੀ ਡਾਇਟ ਖਾਣ, ਪੋਲਿਊਟੈਂਟ ਫਰੀ ਹਵਾ ਹੋਵੇ, ਪੋਲਿਊਟੈਂਟ ਫਰੀ ਇਨਵਾਇਰਮੈਂਟ ਮਿਲੇ, ਤਾਂ ਜੋ ਕਿਸੇ ਹੱਦ ਤੱਕ ਜੈਨੈਟਿਕ ਤਾਂ ਨਹੀਂ ਰੋਕ ਸਕਦੇ ਕਿਉਂਕਿ ਇੱਕ ਜੀਨ ਇਹਦੇ 'ਚ ਇਨਵੋਲਵ ਨਹੀਂ, ਮਲਟੀਪਲ ਜੀਨ ਦੀ ਇਹ ਮਲਟੀਪਲ ਫੈਕਟੋਰੀਅਲ ਪ੍ਰੋਬਲਮ ਹੈ, ਕਈ ਫੈਕਟਰ ਇਹਦੇ ਵਿੱਚ ਹੈ ਜਿਹਨਾਂ ਨੂੰ ਰੋਕਣਾ ਪੈਂਦਾ, ਪਰ ਜਿਸ ਹੱਦ ਤੱਕ ਅਸੀਂ ਇਨਵਾਇਰਮੈਂਟ ਪੋਲਿਊਟੈਂਟ ਨੂੰ ਬਚਾ ਸਕਦੇ ਹਾਂ, ਲੋਕਾਂ 'ਚ ਅਵੇਅਰਨੈਸ ਕ੍ਰੀਏਟ ਕਰੀਏ ਕਿ ਬੀਬੀਆਂ ਔਰ ਗਰਲਸ ਇਹਨਾਂ ਨੂੰ ਆਪਣੀ ਡਾਇਟ ਦਾ, ਆਪਣੇ ਇਨਵਾਇਰਮੈਂਟ ਦਾ, ਆਪਣੀ ਫੈਮਿਲੀ ਇਨਵਾਇਰਮੈਂਟ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ, ਤਾਂ ਜੋ ਇਸ ਪ੍ਰੋਬਲਮ ਤੋਂ ਕਿਸੇ ਹੱਦ ਤੱਕ ਅਸੀਂ ਛੁਟਕਾਰਾ ਪਾ ਸਕੀਏ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀ ਜਨਰੇਸ਼ਨ ਦੇ ਬੱਚੇ ਜਿਹੜੇ, ਉਹਨਾਂ ਦਾ ਸਾਨੂੰ ਇਹ ਜਿਹੜਾ ਮਾਲਕ ਵੱਲੋਂ ਇੱਕ ਨੈਚੁਰਲ ਗਿਫਟ ਆ, ਉਹ ਹਰ ਵਿਆਹ ਜੋੜੇ ਨੂੰ ਨਸੀਬ ਹੋ ਸਕੇ। ਮੈਂ ਚਾਹੁੰਦੀ ਹਾਂ ਕਿ ਇਹ ਸੈਮੀਨਾਰ ਪੂਰੇ ਹੀ ਘਰ ਘਰ ਦੇ ਵਿੱਚ, ਪਿੰਡ ਹੋਵੇ ਜਾਂ ਸ਼ਹਿਰ ਹੋਵੇ ਜਾਂ ਸਲੰਮ ਹੋਵੇ, ਕਿਉਂਕਿ ਇਹ ਪ੍ਰੋਬਲਮ ਬੜੀ ਕਾਮਨ ਹੁੰਦੀ ਜਾ ਰਹੀ ਆ, ਔਰ ਬੀਬੀਆਂ ਔਰ ਜਿਹੜੀਆਂ ਆਉਣ ਵਾਲੀਆਂ ਬੱਚੀਆਂ ਇਹਨਾਂ ਦੇ ਲਈ ਇਹ ਬਹੁਤ ਇੱਕ ਚੈਲੰਜ ਬਣਦਾ ਜਾ ਰਿਹਾ, ਚੁਣੌਤੀ ਬਣਦੀ ਜਾ ਰਹੀ ਹੈ। ਇਸ ਚੁਣੌਤੀ ਨੂੰ ਸਹੀ ਕਰਨ ਲਈ ਔਰ ਇਸ ਤੋਂ ਬਾਹਰ ਨਿਕਲਣ ਲਈ ਸਾਨੂੰ ਚਾਹੀਦਾ ਕਿ ਇੱਕ ਇੱਕ ਬੱਚੀ ਨੂੰ ਸਕੂਲਾਂ ਦੇ ਲੈਵਲ 'ਤੇ, ਮੈਂ ਇੱਕ ਚਾਹੁੰਦੀ ਹਾਂ ਕਿ ਕਰਿਕੁਲਮ ਦੇ ਵਿੱਚ ਐਡ ਕੀਤਾ ਜਾਏ ਕਿ ਇਸ ਬਾਰੇ ਨੌਲੇਜ ਦਿੱਤੀ ਜਾਵੇ, ਤਾਂ ਜੋ ਜਿਹੜੀਆਂ ਲੜਕੀਆਂ ਉਹਨਾਂ ਨੂੰ ਇਹ ਅਵੇਅਰ ਹੋ ਜਾਏ, ਉਹ ਉਹਨਾਂ ਚੀਜ਼ਾਂ ਤੋਂ ਆਪਣਾ ਬਚਾਅ ਕਰ ਸਕਣ ਜਿਹੜੇ ਫੈਕਟਰ ਸਾਨੂੰ ਇਹ ਇਸ ਪ੍ਰੋਬਲਮ ਵੱਲ ਲੈ ਕੇ ਜਾਂਦੇ ਆ। ਮੈਂ ਚਾਹੁੰਦੀ ਘਰ ਘਰ ਵਿੱਚ, ਸਲੰਮ ਵਿੱਚ, ਪਿੰਡਾਂ ਵਿੱਚ ਜਾ ਕੇ ਖਾਸ ਕਰਕੇ, ਕਿਉਂਕਿ ਬਹੁਤ ਹੀ ਪ੍ਰੋਬਲਮ, ਮੈਂ ਦੱਸਿਆ ਕਿ 10% ਬਹੁਤ ਜ਼ਿਆਦਾ ਹੁੰਦਾ, ਔਰ ਜੇ ਇਸ ਤਰੀਕੇ ਨਾਲ ਇਹ ਪ੍ਰੋਬਲਮ ਵੱਧਦੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਸਿਹਤਮੰਦ ਬੱਚੇ ਮਿਲਣ, ਅਤੇ ਜਿਹੜੇ ਜੋੜੇ ਆ ਵਿਆਹੇ ਹੋਏ ਉਹਨਾਂ ਨੂੰ ਸਿਹਤਮੰਦ ਬੱਚਿਆਂ ਦਾ ਜਿਹੜਾ ਵਾਹਿਗੁਰੂ ਵੱਲੋਂ ਇੱਕ ਮਾਲਕ ਵੱਲੋਂ ਇੱਕ ਗਿਫਟ ਆ ਉਹ ਪ੍ਰਾਪਤ ਹੋਵੇ।
ਇਸ ਅਵੇਅਰਨੈਸ ਅਵੇਅਰਨੈਸ ਨਾਲ ਔਰ ਇਸ ਨੌਲੇਜ ਨਾਲ ਇਸ ਗਿਆਨ ਨਾਲ ਬਹੁਤ ਜ਼ਿਆਦਾ ਜਿਹੜੀਆਂ ਬੱਚੀਆਂ ਅਵੇਅਰ ਹੋ ਜਾਣਗੀਆਂ ਅਤੇ ਉਹਨਾਂ ਦੀ ਰੀਪ੍ਰੋਡਕਟਿਵ ਹੈਲਥ ਇਹ ਜਿਹੜੀ ਬਚਪਨ ਤੋਂ ਸਟਰੋਂਗ ਹੋਣੀ ਚਾਹੀਦੀ ਆ, ਵੂਮ ਆਫ ਦਾ ਮਦਰ ਤੋਂ, ਜਦੋਂ ਮਦਰ ਗਰਭਵਤੀ ਹੁੰਦੀ ਆ ਇਹ ਉਸ ਤੋਂ ਹੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ। ਔਰ ਇਹ ਵਾਲੀਆਂ ਪਕੋਜ਼ ਜਿਹਨੂੰ ਅਸੀਂ ਕਹਿੰਦੇ ਹਾਂ ਪੋਲੀਸਿਸਟਿਕ ਓਵੇਰੀਅਨ ਸਿੰਡਰਮ, ਇਹਦੀ ਪ੍ਰੋਬਲਮ ਜਿਹੜੀ ਆ ਇਹ ਸ਼ੁਰੂ ਹੋ ਜਾਂਦੀ ਆ ਗਰਭ ਤੋਂ ਹੀ। ਪਤਾ ਉਦੋਂ ਲੱਗਦੀ ਜਦੋਂ ਗਰਭਵਤੀ ਔਰਤ ਹਸਪਤਾਲ ਵਿੱਚ ਆਪਣਾ ਇਲਾਜ ਕਰਾਉਣ ਲਈ ਜਾਂਦੀ ਆ ਔਰ ਉਹਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਉਹ ਕਿਉਂ ਨਹੀਂ ਜਿਹੜੀ ਆ ਉਹਦੀ ਪ੍ਰੈਗਨੈਂਸੀ ਹੋ ਰਹੀ, ਕਿਉਂ ਨਹੀਂ ਗਰਭਵਤੀ ਹੋਣ ਜਾ ਰਹੀ, ਕਿਉਂਕਿ ਇਹ ਜਿਹੜੀ ਪ੍ਰੋਬਲਮ ਆ ਉਹ ਉਹਨਾਂ ਲਈ ਬਹੁਤ ਵੱਡੀ ਸਿਰਦਰਦ ਦੀ ਚੁਣੌਤੀ ਬਣਦੀ ਜਾ ਰਹੀ ਹੈ। ਮੈਂ ਚਾਹੁੰਦੀ ਹਾਂ ਕਿ ਹਰ ਪੜ੍ਹੀ ਲਿਖੀ ਅਤੇ ਹਰ ਅਨਪੜ੍ਹ ਲੜਕੀ ਨੂੰ, ਮਾਂ ਨੂੰ ਇਸ ਬਾਰੇ ਧਿਆਨ ਹੋਵੇ ਤਾਂ ਜੋ ਜਗ੍ਹਾ 'ਤੇ ਸਹੀ ਜਗ੍ਹਾ 'ਤੇ ਜਾ ਕੇ ਆਪਣਾ ਬਚਾਅ ਆਪਣਾ ਇਲਾਜ ਕਰਵਾ ਸਕਣ ਅਤੇ ਇਸ ਜਿਹੜੀ ਚੁਣੌਤੀ ਹੈ ਇਹ ਤੋਂ ਬਾਹਰ ਨਿਕਲ ਸਕਣ।